ਨਹੀਂ ਨਹੀਂ ਉਹ ਤਾਂ ਪਾਰਟੀ ਦਾ ਜਾਂ ਉਹਨਾਂ ਦਾ ਲੋਕਾਂ ਦੀ ਜਿਹੜੀ ਹੋਊਗੀ ਡਿਮਾਂਡ ਉਹ ਹੋਊਗਾ ਜੀ ਤੁਹਾਡੀ ਤੁਹਾਡਾ ਇੰਟਰਸਟ ਹੈ ਮੈਂ ਤਾਂ ਹੁਣ ਘੁੰਮੀ ਰਿਹਾ ਜੀ ਪੋਲਿਟਿਕਸ ਦਾ ਘੁੰਮੀ ਰਿਹਾ ਪਰ ਐਜ਼ ਇਟ ਕੁਝ ਨਹੀਂ ਹੈ ਜੋ ਪਾਰਟੀ ਦਾ ਡਿਸੀਜਨ ਹੋਊਗਾ ਉਹੀ ਜੇ ਉਹ ਕਹਿਣਗੇ ਤੁਸੀਂ ਲੜੋਗੇ ਉਹ ਬਾਅਦ ਦੀਆਂ ਦੇਖਣਾ ਜੇ ਆ ਗਈ ਨਾ ਜੇ ਆ ਗਈ ਨਾ ਇਹ ਨਾ ਚ ਵੀ ਹਾਂ ਤੁਸੀਂ ਸਮਝ ਪਾ ਰਹੇ ਹੋ ਨਾ ਬਿਲਕੁਲ ਮਨਪ੍ਰੀਤ ਕੌਰ ਭਗਵੰਤ ਮਾਨ ਦੀ ਭੈਣ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਸੰਗਰੂਰ ਲੋਕ ਸਭਾ ਸੀਟ ਤੇ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਦਾ ਸਿਆਸੀ ਪਾਰਾ ਵੱਧ ਗਿਆ ਹੈ ਇਹਨਾਂ ਇਲੈਕਸ਼ਨਸ 'ਚ ਇੱਕ ਨਵਾਂ ਚਿਹਰਾ ਉੱਭਰ ਕੇ ਸਾਹਮਣੇ ਆ ਸਕਦਾ ਹੈ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਪੋਲਿਟਿਕਸ 'ਚ ਐਕਟਿਵ ਹੋ ਗਏ ਨੇ ਅਤੇ ਚੋਣ ਲੜਨ ਦੇ ਸਵਾਲ 'ਤੇ ਉਹ ਨਾ ਬਿਲਕੁਲ ਨਹੀਂ ਕਹਿ ਰਹੇ ਪਾਰਟੀ ਅਤੇ ਲੋਕਾਂ 'ਤੇ ਗੱਲ ਛੱਡ ਰਹੇ ਨੇ ਸਮਝਣ ਵਾਲੇ ਸਮਝ ਰਹੇ ਨੇ ਨਹੀਂ ਨਹੀਂ ਉਹ ਤਾਂ ਪਾਰਟੀ ਦਾ ਜਾਂ ਉਹਨਾਂ ਦਾ ਲੋਕਾਂ ਦੀ ਜਿਹੜੀ ਹੋਊਗੀ ਡਿਮਾਂਡ ਉਹ ਹੋਊਗਾ ਜੀ ਮੈਂ ਤਾਂ ਹੁਣ ਘੁੰਮੀ ਰਿਹਾ ਜੀ ਪੋਲਿਟਿਕਸ ਦਾ ਘੁੰਮੀ ਰਿਹਾ ਪਰ ਐਜ਼ ਇਟ ਕੁਝ ਨਹੀਂ ਹੈ ਜੋ ਪਾਰਟੀ ਦਾ ਡਿਸੀਜਨ ਹੋਊਗਾ ਉਹੀ ਜੇ ਉਹ ਕਹਿਣਗੇ ਤੁਸੀਂ ਲੜੋਗੇ ਉਹ ਬਾਅਦ ਦੀਆਂ ਦੇਖਣਾ ਜੇ ਆ ਗਈ ਨਾ ਜੇ ਆ ਗਈ ਨਾ ਭਗਵੰਤ ਮਾਨ ਦੇ ਐਮਪੀ ਅਹੁਦੇ ਤੋਂ ਅਸਤੀਫੇ ਤੋਂ ਬਾਅਦ ਸੰਗਰੂਰ ਲੋਕ ਸਭਾ ਸੀਟ ਦੇ ਲਈ ਜ਼ਿਮਨੀ ਚੋਣ ਹੋਣੀ ਹੈ ਅਜੇ 'ਚ ਆਮ ਆਦਮੀ ਪਾਰਟੀ ਸੀਐਮ ਦੀ ਭੈਣ ਮਨਪ੍ਰੀਤ ਕੌਰ ਨੂੰ ਆਪਣਾ ਉਮੀਦਵਾਰ ਬਣਾ ਸਕਦੀ ਹੈ ਮਨਪ੍ਰੀਤ ਕੌਰ ਪਹਿਲਾਂ ਅਧਿਆਪਕ ਸਨ ਹਾਲਾਂਕਿ ਉਹ ਹੁਣ ਪੋਲਿਟਿਕਸ 'ਚ ਐਕਟਿਵ ਹੋ ਗਏ ਨੇ ਉਹ ਭਗਵੰਤ ਮਾਨ ਤੋਂ ਛੋਟੇ ਨੇ ਜੁਲਾਈ ਜਾਂ ਅਗਸਤ ਸੰਗਰੂਰ ਸੀਟ 'ਤੇ ਚੋਣ ਹੋਣ ਦੀ ਸੰਭਾਵਨਾ ਹੈ ਮਨਪ੍ਰੀਤ ਕੌਰ ਸੰਗਰੂਰ 'ਚ ਭਗਵੰਤ ਮਾਨ ਦਾ ਕੈਂਪਨ ਸੰਭਾਲਦੇ ਰਹੇ ਨੇ ਭਾਸ਼ਣ ਦੇਣ ਦਾ ਵੀ ਤਜਰਬਾ ਹੈ ਉਤੋਂ ਭਰਾ ਮੁੱਖ ਮੰਤਰੀ ਹੋਵੇ ਤਾਂ ਚੋਣ ਲੜਨ ਦਾ ਕੌਨਫੀਡੈਂਸ ਹੋਰ ਵੱਧ ਜਾਂਦਾ ਹੈ ਹਾਲਾਂਕਿ ਅਜੇ ਅਧਿਕਾਰਕ ਤੌਰ 'ਤੇ ਕੁਝ ਨਹੀਂ ਆਇਆ ਪਰ ਸੰਭਾਵਨਾ ਇਹੀ ਹੈ ਕਿ ਮਨਪ੍ਰੀਤ ਕੌਰ ਉਮੀਦਵਾਰ ਹੋ ਸਕਦੇ ਨੇ ਸੰਗਰੂਰ ਲੋਕ ਸਭਾ ਸੀਟ ਭਗਵੰਤ ਮਾਨ ਦਾ ਗੜ੍ਹ ਰਿਹਾ ਹੈ ਇਸ ਸੀਟ 'ਤੇ ਭਗਵੰਤ ਮਾਨ ਦੋ ਵਾਰ ਚੋਣ ਜਿੱਤਣ 'ਚ ਕਾਮਯਾਬ ਰਹੇ ਨੇ ਇੰਨਾ ਹੀ ਨਹੀਂ 2019 'ਚ ਉਹ ਆਮ ਆਦਮੀ ਪਾਰਟੀ ਦੇ ਟਿਕਟ 'ਤੇ ਚੋਣ ਜਿੱਤਣ ਵਾਲੇ ਇਕੱਲੇ ਸਾਂਸਦ ਬਣੇ ਸਨ ਸੰਗਰੂਰ ਲੋਕ ਸਭਾ ਸੀਟ 'ਤੇ ਹੋਣ ਵਾਲੀ ਜ਼ਿਮਨੀ ਚੋਣ ਹਾਈ ਪ੍ਰੋਫਾਈਲ ਹੋਣ ਦੀ ਸੰਭਾਵਨਾ ਵੱਧਦੀ ਜਾ ਰਹੀ ਹੈ ਜਾਣਕਾਰੀ ਇਹ ਮਿਲ ਰਹੀ ਹੈ ਸੂਤਰ ਇਹ ਕਹਿ ਰਹੇ ਨੇ ਕਿ ਬੀਜੇਪੀ ਸੰਗਰੂਰ ਤੋਂ ਸੁਨੀਲ ਜਾਖੜ ਨੂੰ ਮੈਦਾਨ 'ਚ ਉਤਾਰ ਸਕਦੀ ਹੈ ਬਾਕੀ ਅਜੇ ਵਕਤ ਹੈ ਫਾਈਨਲ ਮੋਹਰ ਦਾ ਇੰਤਜ਼ਾਰ ਹੋ ਰਿਹਾ ਹੈ ਤੁਸੀਂ ਇਸ ਵੀਡੀਓ 'ਤੇ ਕੀ ਕੁਛ ਕਹਿਣਾ ਚਾਹੋਗੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਬਾਕੀ ਮੈਨੂੰ ਤਾਂ ਉਹ ਹੀ ਚਾਹ ਸਕਦੇ ਦੇਖਦੇ ਰਹੋ ਪੰਜਾਬ ਤੱਕ ਸਤਿ ਸ਼੍ਰੀ ਅਕਾਲ